2009 ਦੇ ਵਿੱਚ ਮੈਨੂੰ ਟਿਕਟ ਨਹੀਂ ਮਿਲੀ, ਲੇਕਿਨ ਮੈਂ ਚੰਡੀਗੜ੍ਹ 'ਚ ਜਨਤਾ ਦੀ ਸੇਵਾ ਕਰਦਾ ਰਿਹਾ। 2014 'ਚ ਨਹੀਂ ਮੈਨੂੰ ਮਿਲੀ, ਤਾਂ ਵੀ ਮੈਂ ਜਨਤਾ ਦੀ ਸੇਵਾ ਨਹੀਂ ਛੱਡੀ। 2019 'ਚ ਨਹੀਂ ਮੈਨੂੰ ਟਿਕਟ ਮਿਲੀ, ਤਾਂ ਵੀ ਮੈਂ ਜਨਤਾ ਦੀ ਸੇਵਾ ਕਰਦਾ ਰਿਹਾ। ਤੁਸੀਂ ਨਵਾਂ ਘੁਟਾਲਾ ਕਰ ਰਹੇ ਹੈਗੇ ਹੋ, ਔਰ 14 ਤੋਂ 24 ਤੱਕ ਸਕੀਮਾਂ ਆ ਰਹੀਆਂ, ਸਕੈਮ ਤੋਂ ਸਕੀਮਾਂ ਦਾ ਸਫ਼ਰ ਜਿਹੜਾ ਹੈਗਾ ਉਹ ਮੋਦੀ ਜੀ ਨੇ ਇਹਨੂੰ ਪਰਿਵਰਤਿਤ ਕੀਤਾ। ਟੰਡਨ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ? ਮਨੀਸ਼ ਤਿਵਾਰੀ ਜੀ ਕਹਿ ਰਹੇ ਨੇ ਕਿ ਮੈਂ ਸੰਵਿਧਾਨ ਇੱਥੇ ਬਚਾਉਣ ਆਇਆ ਅਤੇ ਲੋਕਾਂ ਨਾਲ ਮਿਲ ਕੇ ਮੈਂ ਕਰਾਂਗਾ, ਕਿ ਪਿਛਲੀ ਵਾਰੀ ਜਿਸ ਤਰ੍ਹਾਂ ਹੋਇਆ ਸਾਰਿਆਂ ਨੇ ਦੇਖਿਆ ਕਿ ਮੇਅਰ ਨੂੰ ਲੈ ਕੇ ਬੀਜੇਪੀ ਨੇ ਕਿਸ ਤਰ੍ਹਾਂ ਗੁੰਮਰਾਹ ਕੀਤਾ ਲੋਕਾਂ ਨੂੰ, ਕਿਸ ਤਰ੍ਹਾਂ ਵੇਖ? ਸਭ ਤੋਂ ਵੱਡੀ ਗੱਲ ਹੈ ਦੇਖਣ ਵਾਲੀ ਕਿ ਉਹ ਸੰਵਿਧਾਨ ਦੇ ਕੰਮ ਵਾਸਤੇ ਹੀ ਉਹ ਸਾਰਾ ਦਿਨ ਸੁਪਰੀਮ ਕੋਰਟ 'ਚ ਹੀ ਰਹਿੰਦੇ ਹੈ ਅਤੇ 15 ਸਾਲ ਤੋਂ ਉਹ ਉੱਥੇ ਹੀ ਅਵੇਲੇਬਲ ਰਹੇ। 2009 ਦੇ ਵਿੱਚ ਮੈਨੂੰ ਟਿਕਟ ਨਹੀਂ ਮਿਲੀ, ਲੇਕਿਨ ਮੈਂ ਚੰਡੀਗੜ੍ਹ 'ਚ ਜਨਤਾ ਦੀ ਸੇਵਾ ਕਰਦਾ ਰਿਹਾ। 2014 'ਚ ਨਹੀਂ ਮੈਨੂੰ ਮਿਲੀ, ਤਾਂ ਵੀ ਮੈਂ ਜਨਤਾ ਦੀ ਸੇਵਾ ਨਹੀਂ ਛੱਡੀ। 2019 'ਚ ਨਹੀਂ ਮੈਨੂੰ ਟਿਕਟ ਮਿਲੀ, ਤਾਂ ਵੀ ਮੈਂ ਜਨਤਾ ਦੀ ਸੇਵਾ ਕਰਦਾ ਰਿਹਾ। ਅੱਜ ਜਨਤਾ ਜਾਣਨਾ ਚਾਹੁੰਦੀ ਹੈ ਕਿ ਭਾਈ ਸਾਹਿਬ ਤੁਸੀਂ, ਤੁਹਾਡਾ ਚੰਡੀਗੜ੍ਹ ਦੇ ਨਾਲ ਉਹ ਕੀ ਰਿਹਾ 15 ਸਾਲ ਦੇ ਵਿੱਚ, ਜਰਾ ਉਹ ਤੇ ਦੱਸ ਦਿਓ ਸਾਨੂੰ। ਅੱਜ ਲੋਕ ਇਹ ਜਾਣਨਾ ਚਾਹੁੰਦੇ ਆ। ਫਿਰ ਵੀ ਤੁਸੀਂ ਦੇਖਿਆ ਜਾਏ ਤੇ 10 ਸਾਲ ਜਿਹੜੇ 4 ਤੋਂ ਲੈ ਕੇ 14 ਤੱਕ, ਜਿਹਦੇ ਵਿੱਚ ਤਿਵਾੜੀ ਸਾਹਿਬ ਵੀ ਮੰਤਰੀ ਵੀ ਰਹੇ ਨੇ, ਪੂਰਾ ਕਿਆ ਕੌਂਸਟੀਟਿਊਸ਼ਨ ਦੀਆਂ ਧੱਜੀਆਂ ਨਹੀਂ ਉੜੀਆਂ? ਕਿਆ ਤੁਸੀਂ ਉਸ ਲਈ ਕੌਂਸਟੀਟਿਊਸ਼ਨ ਬਚਾਇਆ? ਕਿਆ ਤੁਸੀਂ ਇਹ ਦੇਖਿਆ ਕਿ ਤੁਸੀਂ ਹਰ ਮਹੀਨੇ ਨਵਾਂ ਸਕੈਮ ਕਰ ਰਹੀ ਤੁਹਾਡੀ ਸਰਕਾਰ, ਹਰ ਮਹੀਨੇ ਤੁਸੀਂ ਨਵਾਂ ਘੁਟਾਲਾ ਕਰ ਰਹੇ ਹੈਗੇ ਹੋ, ਔਰ 14 ਤੋਂ 24 ਤੱਕ ਸਕੀਮਾਂ ਆ ਰਹੀਆਂ, ਸਕੈਮ ਤੋਂ ਸਕੀਮਾਂ ਦਾ ਸਫ਼ਰ ਜਿਹੜਾ ਹੈਗਾ ਉਹ ਮੋਦੀ ਜੀ ਨੇ ਇਹਨੂੰ ਪਰਿਵਰਤਿਤ ਕੀਤਾ। ਉਹ 10 ਸਾਲ ਮਨਮੋਹਨ ਸਿੰਘ ਜੀ ਦੇ ਸਕੈਮਾਂ ਕਰਕੇ ਮਸ਼ਹੂਰ ਹੋਏ, ਇਹ 10 ਸਾਲ ਮੋਦੀ ਜੀ ਦੇ ਸਕੀਮਾਂ ਕਰਕੇ ਮਸ਼ਹੂਰ ਹੋਏ। ਅੱਜ ਹਰ ਬੰਦਾ ਇਹ ਚੀਜ਼ ਨੂੰ ਜਾਣਦਾ ਕਿ ਇਸ ਦੇਸ਼ ਦੇ ਵਿੱਚ ਜਿਹੜੀ ਬੁਲੰਦੀ ਦੇ ਉੱਤੇ ਜਿਹੜਾ ਅੱਜ ਦੇਸ਼ ਪਹੁੰਚਿਆ ਉਹ ਮੋਦੀ ਜੀ ਦੀ ਅਗਵਾਈ ਦੇ ਵਿੱਚ ਪਹੁੰਚਿਆ, ਔਰ ਕੇਂਦਰ ਦੀ ਸਰਕਾਰ ਜਿਹੜੀ ਹੈ ਮੋਦੀ ਜੀ ਦੀ ਫਿਰ ਬਣਨ ਵਾਲੀ ਹੈ, ਔਰ ਯੂਟੀ ਚੰਡੀਗੜ੍ਹ ਜਿਹੜਾ ਹਮੇਸ਼ਾ ਉਹਨੂੰ ਹੀ ਵੋਟ ਪਾਉਂਦਾ ਜਿਹਦੀ ਸਰਕਾਰ ਦਿੱਲੀ 'ਚ ਬਣ ਰਹੀ ਹੈ। ਕਾਂਗਰਸ ਕਹਿ ਰਹੀ ਹੈ ਕਿ ਬੀਜੇਪੀ 'ਚ ਇੰਟਰਨਲੀ ਜਿਹੜਾ ਹੈਗਾ ਡਿਸਪਿਊਟ ਬਹੁਤ ਹੈ, ਵੱਖ ਵੱਖ ਜਿਹੜੇ ਸੰਜੇ ਟੰਡਨ ਜੀ ਅਲੱਗ ਚੱਲ ਰਹੇ ਹੈ, ਹੋਰ ਉਹਨਾਂ ਦੇ ਜਿਹੜੇ ਦੂਜੇ ਲੀਡਰ ਹੈ ਉਹ ਅਲੱਗ ਚੱਲ ਰਹੇ ਹੈ, ਇਸ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ, ਉਹਨਾਂ ਦੀ ਆਪਣੀ ਪਾਰਟੀ 'ਚ ਇੰਟਰਨਲੀ ਮਤਭੇਦ ਹੈ। ਦੇਖੋ, ਜਿਹੜਾ ਬੰਦਾ ਸ਼ੀਸ਼ੇ ਦੇ ਘਰ 'ਚ ਰਹਿੰਦਾ ਹੋਵੇ ਨਾ, ਉਹਨੂੰ ਦੂਜਿਆਂ 'ਤੇ ਪੱਥਰ ਨਹੀਂ ਮਾਰਨੇ ਚਾਹੀਦੇ। ਮੈਨੂੰ ਲੱਗਦਾ ਪਹਿਲੇ ਆਪਣਾ ਘਰ ਚੈੱਕ ਕਰ ਲਓ ਤੁਸੀਂ, ਸਾਡੇ ਘਰ ਦੇ ਵਿੱਚ ਇਹੋ ਜਿਹਾ ਕੁਛ ਨਹੀਂ। ਬੀਜੇਪੀ ਇੱਕ ਵਿਚਾਰਧਾਰਾ ਵਾਲੀ ਪਾਰਟੀ ਹੈ, ਇਹ ਬੰਦਿਆਂ ਦੇ ਮਗਰ ਚੱਲਣ ਵਾਲੀ ਪਾਰਟੀ ਨਹੀਂ ਹੈ, ਇਹ ਵਿਚਾਰਧਾਰਾ ਨਾਲ ਜੁੜੀ ਹੋਈ ਹੈ। ਜੋ ਪਾਰਟੀ 'ਚ ਸਾਡਾ ਇੱਕ ਨਿਰਣੇ ਹੁੰਦਾ, ਅਸੀਂ ਉਸ ਨਿਰਣੇ ਦੇ ਮਗਰ ਚੱਲਣ ਵਾਲੇ ਹਾਂ। ਮੇਰਾ ਤੇ ਆਪਣਾ ਵਜੂਦ, ਮੇਰਾ ਆਪਣਾ ਜ਼ਮੀਰ, ਮੇਰਾ ਮਰਾ ਆਪਣਾ ਕਿਰਦਾਰ ਇਸ ਚੀਜ਼ ਦਾ ਗਵਾਹ ਹੈ ਕਿ ਅਸੀਂ ਜਿਹੜਾ ਹੈਗਾ ਵੈ, ਪਾਰਟੀ ਨੇ ਜਦੋਂ ਟਿਕਟ ਨਹੀਂ ਵੀ ਦਿੱਤੀ, ਅਸੀਂ ਉਦੋਂ ਪ੍ਰਧਾਨ ਵੀ ਸੀਗੇ ਤੇ ਉਸੇ ਮਿੰਟ ਦੇ ਉੱਤੇ ਪਾਰਟੀ ਦਾ ਕੰਮ ਕਰਨ ਵਾਸਤੇ ਆਪਣੀ ਭੈਣ ਦੇ ਨਾਲ ਖੜੇ ਸੀਗੇ। ਮੈਂ ਪੁੱਛਣਾ ਚਾਹੁੰਦਾ, ਤੁਸੀਂ ਕਿੱਥੇ ਖੜੇ ਸੀਗੇ ਭਾਈ ਸਾਹਿਬ? ਜਰਾ ਉਹਦੇ ਬਾਰੇ ਤੇ ਦੱਸੋ, ਤੁਹਾਡੇ ਅੱਗੇ ਪਿੱਛੇ ਵਾਲੇ ਉਹ ਕਿੱਥੇ ਖੜੇ ਨੇ, ਜਰਾ ਇਸ ਗੱਲ ਬਾਰੇ ਤੇ ਦੱਸੋ। ਪਾਰਟੀ ਦੇ ਜਿਹੜੇ ਸਾਡੇ ਵੀ ਲੋਕ, ਦੇਖੋ ਜਿੱਥੋਂ ਤੱਕ ਕੋਈ ਬੰਦਾ ਮਨ 'ਚ ਚਾਹੁੰਦਾ ਹੋਵੇ ਕਿ ਵੀ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ, ਉਹਨੂੰ ਪੂਰਾ ਅਖਤਿਆਰ ਹੈ ਕਿ ਉਹ ਪੂਰਾ ਜ਼ੋਰ ਲਗਾਵੇ, ਉਹ ਪੂਰਾ
ਪਾਰਟੀ ਦੇ ਨਾਲ ਅੱਗੇ ਆਪਣਾ ਕਲੇਮ ਰੱਖੇ, ਲੇਕਿਨ ਜਦੋਂ ਪਾਰਟੀ ਇੱਕ ਡਿਸੀਜਨ ਕਰ ਲੈਂਦੀ ਹੈ ਸਾਰੇ ਜਿੰਨੇ ਇਕੱਠੇ ਮਿਲ ਕੇ ਉਹਨੂੰ ਚਲਾਉਂਦੇ, ਕਿਉਂਕਿ ਅਸੀਂ ਵਿਚਾਰਧਾਰਾ ਨਾਲ ਜੁੜੇ ਹਾਂ, ਕੋਈ ਬੰਦੇ ਦੇ ਨਾਲ ਅਸੀਂ ਜੁੜੇ ਨਹੀਂ ਹੋਏ। ਬਿਲਕੁਲ, ਉਹ ਕਹਿ ਰਹੇ ਕਿ 10 ਸਾਲ ਦਾ ਜਿਹੜਾ ਹੈਗਾ ਰਿਪੋਰਟ ਕਾਰਡ ਲੈ ਕੇ ਆ ਜਾਣ। ਸੰਜੇ ਟੰਡਨ ਜੀ, ਕਿਰਨ ਖੇਰ ਦੇ ਕਾਰਜਕਾਲ ਚ ਚੰਡੀਗੜ੍ਹ ਚ ਕੀ ਹੋਇਆ? ਆਮ ਆਦਮੀ ਪਾਰਟੀ ਵੀ ਇਹੀ ਗੱਲ ਕਹਿੰਦੀ ਨਜ਼ਰ ਆ ਰਹੀ ਹੈ, ਕਾਂਗਰਸ ਦੀ ਵੀ ਇਹੀ ਨਜ਼ਰ ਕਰ ਰਹੀ ਕਿ 10 ਸਾਲ ਦਾ ਜਿਹੜਾ ਰਿਪੋਰਟ ਕਾਰਡ ਹੈ ਉਹ ਬੀਜੇਪੀ ਦੱਸੇ ਚੰਡੀਗੜ੍ਹ ਚ ਰੈਂਕ ਜਿਹੜਾ ਹੈਗਾ ਸਵੱਛਤਾ ਦੇ ਆਧਾਰ ਤੇ ਕਿੰਨਾ ਥੱਲੇ ਆ ਗਿਆ। ਹੋਰ ਜਿਹੜੇ ਦੂਜੇ ਮੁੱਦੇ ਨੇ ਪਿੰਡਾਂ ਦੇ, ਨੀਟ ਬੇਸਿਕ ਚੰਗੀ ਦੇ, ਕਈ ਇੱਦਾਂ ਦੇ ਮੁੱਦੇ ਹੈਗੇ ਜਿਹੜੇ ਬੀਜੇਪੀ ਵੱਲੋਂ ਨਹੀਂ ਕੀਤੇ ਗਏ। ਦੇਖੋ, ਇਹ ਗੱਲ ਕਿਸੇ ਦੇ ਉੱਤੇ ਉਂਗਲੀ ਉਠਾਉਣਾ ਬੜਾ ਆਸਾਨ ਕੰਮ ਹੁੰਦਾ। ਚੰਡੀਗੜ੍ਹ ਇਸ ਵੇਲੇ ਜੇ ਇੱਕੋ ਸ਼ਹਿਰ ਹੈਗਾ ਕਿ ਜਿਸਨੇ 9% ਜਿਹੜੀ ਹੈਗੀ ਆ ਗ੍ਰੀਨ ਕਵਰ ਵਧਿਆ ਜਿਹੜਾ ਚੰਡੀਗੜ੍ਹ ਦਾ। ਅੱਜ ਚੰਡੀਗੜ੍ਹ ਜਿਹੜਾ ਯੂਟੀ ਦੇ ਵਿੱਚ ਨੰਬਰ 1 ਦੇ ਉੱਤੇ ਹੈਗਾ, ਸੋਲਰ ਦੀ ਜਿਹੜੀ ਹੈਗੀ ਇਲੈਕਟ੍ਰੀਸਿਟੀ ਪ੍ਰੋਡਕਸ਼ਨ ਦੇ ਵਿੱਚ ਨੰਬਰ 1 ਦੇ ਉੱਤੇ ਹੈਗਾ। ਅੱਜ ਚੰਡੀਗੜ੍ਹ ਦੇ ਵਿੱਚ ਨਵਾਂ ਰੇਲਵੇ ਸਟੇਸ਼ਨ ਐਸਾ ਬਣ ਰਿਹਾ ਕਿ ਜਿਹੜਾ ਦੁਨੀਆ ਦੇ ਵਿੱਚ 1 ਆਫ ਦਾ ਬੈਸਟ ਰੇਲਵੇ ਸਟੇਸ਼ਨ ਹੋਏਗਾ। ਏਅਰਫੋਰਸ ਦਾ ਇੱਥੇ ਮਿਊਜ਼ੀਅਮ ਤਿਆਰ ਹੋਇਆ ਕਿ ਜਿਹੜਾ ਇਹ ਪੂਰੇ ਨਾਰਦਰਨ ਇੰਡੀਆ ਚ ਇਹੋ ਜਿਹਾ ਸਿਮੂਲੇਟਰ ਤੁਹਾਨੂੰ ਕਿਤੇ ਹੋਰ ਦੇਖਣ ਨੂੰ ਨਹੀਂ ਮਿਲੇਗਾ। ਬਰਡ ਪਾਰਕ ਇੱਥੇ ਬਣਿਆ ਕਿ ਦੁਨੀਆ ਦੇ ਬੈਸਟ ਬਰਡਸ ਤੁਹਾਨੂੰ ਅੱਜ ਇੱਥੇ ਦੇਖਣ ਨੂੰ ਮਿਲਦੇ ਆ। 300 ਕਿਲੋਮੀਟਰ ਦਾ ਤੁਹਾਡੇ ਕੋਲ ਸਾਈਕਲ ਟਰੈਕ ਇੱਥੇ ਹੈਗਾ, ਜਿਹੜਾ ਸਾਈਕਲ ਟਰੈਕ ਅੱਜ ਤੱਕ ਕਿਸੇ ਵੀ ਸ਼ਹਿਰ ਦੇ ਵਿੱਚ ਇਹੋ ਜਿਹਾ ਸਾਈਕਲ ਟਰੈਕ ਨਹੀਂ ਹੋਏਗਾ। ਇੱਕ ਕਮਾਂਡ ਸੈਂਟਰ ਜਿਹੜਾ ਹੈਗਾ ਵੈ ਉਹ ਤਿਆਰ ਕੀਤਾ ਗਿਆ ਜਿੱਥੇ 2200 CCTV ਲਗਾ ਕੇ ਪੂਰੇ ਸ਼ਹਿਰ ਨੂੰ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਵਾਸਤੇ ਤੇ ਨਾਲ ਹੀ ਨਾਲ ਉਹਦੇ ਵਾਸਤੇ ਲਾਅ ਐਂਡ ਆਰਡਰ ਵਾਸਤੇ ਉਹਦੀ ਪੂਰੀ ਉਹਦੀ ਜਿਹੜੀ ਹੈਗੀ ਆ ਚੀਜ਼ ਨੂੰ ਚੈੱਕ ਕਰਨ ਵਾਸਤੇ ਉਹ ਸਾਰਾ ਦਾ ਸਾਰਾ ਸੈਂਟਰ ਤਿਆਰ ਕੀਤਾ। ਅੱਜ ਜਿਹੜੇ ਹੈਗੇ ਆ ਜਿੰਨੇ ਜਿਹੜੇ ਹੈਗੇ ਆ ਸਾਡੇ ਪੁਨਰਵਾਸ ਯੋਜਨਾ ਦੇ ਵਿੱਚ ਜਿਹੜਾ 4 ਨੰਬਰ ਕਲੋਨੀ ਨੂੰ ਉਹਨਾਂ ਨੂੰ ਉੱਥੇ ਮੁੜ ਕੇ ਉੱਥੇ ਵਸਾਇਆ, ਅੱਜ ਉਹਨਾਂ ਨੂੰ ਨਵੇਂ ਸੁੰਦਰ ਘਰ ਉੱਥੇ ਕਿੰਨਾ ਮਿਲ ਰਹੇ ਆ, ਖੇਡਣ ਦੀ ਉਹਨਾਂ ਨੂੰ ਜਗ੍ਹਾ ਮਿਲ ਰਹੀ ਹੈਗੀ ਆ। ਪੁਲਿਸ ਵਾਲਿਆਂ ਵਾਸਤੇ ਨਵੇਂ ਸੈਂਟਰ ਉੱਥੇ ਤਿਆਰ ਕਰਕੇ ਉਹਨਾਂ ਨੂੰ ਉੱਥੇ ਸ਼ਿਫਟ ਕੀਤਾ ਗਿਆ, ਉੱਥੇ 400 ਮਕਾਨ ਪੁਲਿਸ ਵਾਲਿਆਂ ਵਾਸਤੇ ਵੀ ਜਿਹੜੇ ਤਨਾਸ ਦੇ ਵਿੱਚ ਉਹ ਵੀ ਬਣੇ। ਜਿਹੜਾ ਇੱਧਰ ਜਿਹੜਾ ਅਟਲ ਕਲੋਨੀ ਜਿਹੜੀ ਹੈਗੀ ਸੁੰਦਰ ਨਗਰ ਜਿਹਨੂੰ ਕਹਿੰਦੇ ਹੈਗੇ ਆ, ਉੱਥੇ ਤੁਸੀਂ ਦੇਖੋ ਉੱਥੇ ਸਭ ਤੋਂ ਪਹਿਲੇ ਜਿਹੜਾ ਹੈਗਾ ਉੱਥੇ ਘਰ ਵੰਡੇ ਗਏ, ਉੱਥੇ ਜਿਹੜਾ ਹੈਗਾ ਉਹਨਾਂ ਨੂੰ ਵਸਾਇਆ ਗਿਆ। ਅੱਜ ਚੰਡੀਗੜ੍ਹ ਦੇ ਵਿੱਚ ਇੱਕ ਇਹ ਲਹਿਰ ਹੈਗੀ ਹੈ ਕਿ ਅਸੀਂ ਫਿਰ ਤੋਂ ਇੱਕ ਵਾਰੀ ਜਿਹੜਾ ਹੈਗਾ ਮੋਦੀ ਜੀ ਦੀ ਸਰਕਾਰ ਬਣਾਉਣੀ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਕਿਹੜੇ 10 ਸਾਲ ਦੇ ਕੰਪੈਰੀਜ਼ਨ ਨੂੰ ਕਿੱਥੇ ਲਿਜਾਣਾ ਚਾਹੁੰਦੇ ਆ। ਉਹ ਜਿਹੜਾ ਹੈਗਾ ਵੈ ਉਹ 10 ਸਾਲ ਆਪਣੇ ਕੱਢ ਕੇ ਦੇਖ ਲੈਣ, ਜੇ ਉਹਨਾਂ ਦੇ ਕੋਲ ਜੇ ਘੱਟ ਤੋਂ ਘੱਟ 100 ਸਕੈਮ ਸਾਹਮਣੇ ਨਹੀਂ ਨਜ਼ਰ ਆਉਂਦੇ, ਅੱਜ ਇਹ 10 ਸਾਲਾਂ ਦੇ ਵਿੱਚ ਇੱਕ ਵੀ ਸਕੈਮ ਦੀ ਕੋਈ ਗੱਲ ਜਿਹੜਾ ਹੈਗਾ ਨਹੀਂ ਕਰ ਸਕਦਾ। ਇਹ ਇੱਕ ਬੁਨਿਆਦੀ ਫਰਕ ਹੈ। ਲਾਸਟ ਸਵਾਲ ਹੈ ਕਿ ਕਿੰਨੇ ਕੌਨਫੀਡੈਂਟ ਜਿਹੜੇ ਤੁਸੀਂ ਹੋ, ਕਿਉਂਕਿ ਮਨੀਸ਼ ਤਿਵਾਰੀ ਗੱਲ ਕਹਿ ਰਹੇ ਹੈ ਆਮ ਆਦਮੀ ਪਾਰਟੀ ਲਗਾਤਾਰ ਸਪੋਰਟ ਕਰ ਰਹੀ ਹੈ, ਤੁਸੀਂ ਆਪਣੀ ਜਿੱਤ ਨੂੰ ਲੈ ਕੇ ਕਿੰਨੇ ਕੌਨਫੀਡੈਂਟ? 100% ਓਕੇ, 100% ਬਿਲਕੁਲ ਠੀਕ ਹੈ। ਬਿਲਕੁਲ, ਜਿੱਦਾਂ ਸੰਜੇ ਟੰਡਨ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕਈ ਜਿਹੜੀ ਚੀਜ਼ਾਂ ਹੈ ਉਹਨੂੰ ਕਾਂਗਰਸ ਪਾਰਟੀ ਸਾਰਾ ਕੁਝ ਜਾਣਦੀ ਹੈ, ਔਰ ਡਿਵੈਲਪਮੈਂਟ ਦੀ ਅਸੀਂ ਗੱਲ ਕਰ ਲਈ, ਚੰਡੀਗੜ੍ਹ ਦੇ ਵਿੱਚ ਕਈ ਚੀਜ਼ਾਂ ਨੇ ਡਿਵੈਲਪਮੈਂਟਸ ਨੂੰ ਲੈ ਕੇ ਲਗਾਤਾਰ ਅਸੀਂ ਕਰ ਰਹੇ ਹਾਂ। ਜਿਹੜਾ ਇਹਨਾਂ ਨੇ ਕਾਫੀ ਵਿਲੇਜਸ ਦੀ ਅਸੀਂ ਗੱਲ ਕਰ ਲਈਏ, ਪ੍ਰੋਜੈਕਟ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਚੱਲ ਰਹੇ ਸੀਗੇ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਲੈ ਕੇ, ਕਈ ਚੀਜ਼ਾਂ ਲੈ ਗਈ ਹੈਗੀ ਉਹ ਪਿਛਲੇ ਦਿਨਾਂ 'ਚ ਕੀਤਾ ਗਿਆ ਤੇ ਆਉਣ ਵਾਲੇ ਸਮੇਂ 'ਚ ਵੀ ਕਾਫੀ ਚੀਜ਼ਾਂ ਕੀਤੀ ਜਾਣਗੀਆਂ।